ਪੰਜਾਬ ਵਿੱਚ ਸਿੱਧੂ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ। ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਚਿਹਰੇ ਤੇ ਇਹ ਖੁਸ਼ੀ ਸਾਫ਼ ਵੇਖੀ ਜਾ ਸਕਦੀ ਹੈ। ਦਰਅਸਲ 30 ਸਾਲ ਪਹਿਲਾਂ ਰੋਡਵੇਜ਼ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ ਕੋਰਟ ਨੇ ਸਿੱਧੂ ਨੂੰ ਬਰੀ ਕਰ ਦਿੱਤਾ। ਅਦਾਲਤ ਦੇ ਇਸ ਫੈਸਲੇ ਨੇ ਸਿੱਧੂ ਦਾ ਸਿਆਸੀ ਰਾਹ ਪੱਧਰਾ ਕਰ ਦਿੱਤਾ। ਜਿੱਥੇ ਸਿੱਧੂ ਨੇ ਸਭ ਦਾ ਸ਼ੁਕਰੀਆ ਅਦਾ ਕੀਤਾ, ਉੱਥੇ ਸਿੱਧੂ ਰਾਜਨੀਤੀ ਕਰਨ ਵਾਲਿਆਂ ਨੂੰ ਮਾਫ਼ ਕਰਦੇ ਵੀ ਨਜ਼ਰ ਆਏ। ਇਹ ਤਸਵੀਰਾਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੀਆਂ ਨੇ, ਜਿੱਥੇ ਸਿੱਧੂ ਦੇ ਘਰ ਉਹਨਾਂ ਦੇ ਬਰੀ ਹੋਣ ਦਾ ਜਸ਼ਨ ਮਨਾਇਆ ਜਾ ਰਿਹਾ। ਇੰਨਾ ਹੀ ਨਹੀਂ, ਨਵਜੋਤ ਸਿੰਘ ਸਿੱਧੂ ਨੇ ਰਾਹੁਲ ਗਾਂਧੀ ਨੂੰ ਇੱਕ ਮੈਸੇਜ ਵੀ ਕੀਤਾ ਕਿ ਹੁਣ ਮੇਰਾ ਹਰ ਸਾਹ ਪੰਜਾਬ ਅਤੇ ਕਾਂਗਰਸ ਦੇ ਨਾਂ ਹੈ। ਕੁਛ ਨਹੀਂ ਚਾਹਤਾ, ਪੰਜਾਬ ਕੀ ਸਦਗਤੀ ਚਾਹਤਾ ਹੈ। ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ, ਸਿੱਧੂ ਮੰਗੇ ਪੰਜਾਬ ਦੀ ਖੈਰ। ਸਤਿਯ ਪ੍ਰਤਾਰਿਤ ਹੋ ਸਕਤਾ ਹੈ, ਪਰਾਜਿਤ ਨਹੀਂ ਹੋਤਾ। ਯਹੀ ਮੇਰੇ ਜੀਵਨ ਕੋ ਅਗਰ ਆਪ ਦੇਖੇਂ, ਯਹੀ ਮੇਰੇ ਜੀਵਨ ਕੋ ਔਰ ਬਲ ਦਿੱਤਾ। ਆਜ ਇਸ ਘੜੀ ਮੇ ਮੇਰਾ ਏਕ ਏਕ ਰੋਮ, ਉਸਕੇ ਅਗਰ ਕਰੋੜ ਜ਼ਬਾਨ ਲਗੇ ਤੋ ਮੈਂ ਝੁੱਕ ਕੇ ਆਪਣਾ ਸਾਫਾ ਉਨ ਲੋਗੋਂ ਕੇ ਚਰਣੋਂ ਮੇ ਰੱਖ ਕੇ ਉਨਕਾ ਧੰਨਵਾਦ ਕਰਨਾ ਔਰ ਯਹ ਵੀ ਕਹਿਣਾ ਚਾਹਤਾ ਹੂੰ ਕਿ ਜਿਨ ਲੋਗੋਂ ਨੇ ਮੇਰੀ ਨਿੰਦਾ ਕੀ, ਜਿਨ ਲੋਗੋਂ ਨੇ ਰਾਜਨੀਤਿਕ ਰੋਟੀਆਂ ਸੇਕੀ ਇਸ ਮੁੱਦੇ ਪੇ, ਮੈਨੇ ਕਹਾ ਥਾ ਕਿ ਮੈਂ ਇਸਕਾ ਬੋਝ ਖੁਦ ਉਠਾਊਂਗਾ। ਮੇਰੇ ਕੰਧੇ ਪਰਸਪਰ ਤਾਕਤਵਰ ਹੈ ਆਪਣੇ ਬੋਝ ਉਠਾਨੇ ਕੇ ਲੀਏ, ਮੈਂ ਉਹਨੇ ਮੁਆਫ ਕਰਤਾ ਹੂੰ। ਟੂ ਰੋਂਗਸ ਡੂ ਨਾਟ ਮੇਕ ਵਨ ਰਾਈਟ। ਭਾਈ ਰਾਹੁਲ ਭਾਈ ਕੋ ਇੱਕ ਮੈਸੇਜ ਡਾਲਾ ਹੈ ਕਿ ਮਾਈ ਲਾਈਫ ਇਜ਼ ਯੋਰਸ। ਆਈ ਹੈਵ ਸੈਂਟ ਹਿਮ ਅ ਮੈਸੇਜ ਰਾਈਟ ਨਾਓ, ਆਈ ਹੈਵ ਸੈਂਟ ਹਿਮ ਅ ਮੈਸੇਜ ਰਾਹੁਲ ਜੀ ਕੋ, ਪ੍ਰਿਯੰਕਾ ਜੀ ਕੋ। ਆਈ ਹੈਵ ਸੈਂਟ ਦੈਮ ਅ ਮੈਸੇਜ, ਮਾਈ ਲਾਈਫ ਇਜ਼ ਯੋਰਸ, 24/7 ਆਈ ਐਮ ਐਟ ਯੋਰ ਸਰਵਿਸ। ਦੂਸਰਾ ਸੀ ਐਮ ਸਾਹਿਬ ਕਾ ਫੋਨ ਆਇਆ ਥਾ, ਮੈਨੇ ਉਹਨੇ ਕਿਹਾ ਕਿ ਮੇਰੀ ਆਖਰੀ ਸਾਂਸ ਤੱਕ ਪੰਜਾਬ ਕੋ ਸਮਰਪਿਤ ਹੈ ਔਰ ਇਹ ਦੇਹੀ ਪੰਜਾਬ ਕੋ ਅਰਪਿਤ। ਕੁਛ ਤੋ ਲੋਕ ਕਹੇ, ਲੋਗੋਂ ਕਾ ਕਾਮ ਹੈ ਕਹਿ, ਆਪ ਕਿਆ ਕਹੇਂਗੇ, ਛੋੜੋ ਬੇਕਾਰ ਕੀ ਬਾਤ ਹੈ। ਲੇਕਿਨ ਮੈਂ ਇਸਕੋ ਮੈਂ ਇਹ ਜ਼ਰੂਰ ਕਹਿਤਾ ਹੂੰ ਕਿ ਪੋਲੀਟੀਕਲੀ ਮੇਰੇ ਚਾਹੇ ਡਿਫਰੈਂਸ ਹੋ ਖੈਰਾ ਸਾਹਿਬ ਸੇ, ਲੇਕਿਨ ਮੈਂ ਉਨਕੀ ਇੱਜ਼ਤ ਬਹੁਤ ਕਰਤਾ ਹੂੰ, ਜਬ ਵੀ ਮਿਲਤਾ ਹੂੰ, ਜਬ ਵੀ ਡਾਲ ਕੇ ਮਿਲਤਾ ਹੂੰ। ਬਹੁਤ ਸਾਰੇ ਅੱਛੇ ਲੋਕ ਹੈਗੇ ਹੈ, ਜਿਵੇਂ ਜਸਟਿਸ ਚਾਮਲੇਸ਼ਵਰ ਜੀ, ਮੈਂ ਕਹੂੰਗੀ ਇੰਨੇ ਅਮੇਜ਼ਿੰਗ ਮੈਨ, ਜਿਹੜੇ ਕਿਸੇ ਚੀਜ਼ ਤੋਂ ਇਨਫਲੂਐਂਸ ਨਹੀਂ ਹੁੰਦੇ, ਕਿਸੇ ਵੀ ਮੋਹ ਮਾਇਆ, ਆਪਾਂ ਕਹਿੰਦੇ ਹਾਂ ਜੱਜਿਸ ਨੂੰ, ਪੁਲਿਸ ਨੂੰ ਪੈਸੇ ਦੇ ਕੇ ਇਨਫਲੂਐਂਸ ਕਰ ਲਓ, ਪਰ ਮੈਂ ਦੱਸ ਨਹੀਂ ਸਕਦੀ ਉਹਨਾਂ ਦੇ ਕਿੰਨਾ ਕੁ ਇਨਫਲੂਐਂਸ ਹੋਣਾ ਹੈ ਸਾਰੇ ਨੂੰ ਇਗਨੋਰ ਕਰਕੇ, ਜੇ ਇਹੋ ਜਿਹੇ ਬੰਦੇ ਬੈਠੇ ਹੈ, ਇਹੋ ਜਿਹੇ ਚੰਦ ਬੰਦੇ ਹੀ ਹਿੰਦੁਸਤਾਨ ਨੂੰ ਅੱਗੇ ਲਿਜਾਣ ਲਈ ਕਾਫੀ ਹੈ। ਤੇ ਮੇਰੇ ਪਾਪਾ ਮੇਰੇ ਹੀਰੋ ਹੈ, ਮੇਰੇ ਪਾਪਾ ਨੇ ਅੱਜ ਤੱਕ ਕੁਛ ਗਲਤ ਨਹੀਂ ਕੀਤਾ, ਤੇ ਆਈ ਐਮ ਵੈਰੀ ਵੈਰੀ ਹੈਪੀ ਕਿ ਉਹਨਾਂ ਨੂੰ ਅੱਜ ਜੋ ਉਹਨਾਂ ਨੇ ਕੀਤਾ ਉਹਨਾਂ ਦਾ ਇਲਜ਼ਾਮ ਲਿਆ। ਕੋਰਟ ਦਾ ਫੈਸਲਾ ਵਾ, ਔਰ ਮੈਂ ਸਮਝਦਾ ਕਿ ਕਿਸੇ ਦੀ ਵੀ ਜਦੋਂ ਐਕਵਿਟਲ ਹੁੰਦੀ ਆ ਸੁਪਰੀਮ ਕੋਰਟ ਤੋਂ, ਤਾਂ ਇਹ ਸਵਾਗਤ ਵਾਲੀ ਗੱਲ ਹੈ, ਕਿਸੇ ਨੂੰ ਰਾਹਤ ਮਿਲੀ ਆ, ਕਾਨੂੰਨ ਨੇ ਰਾਹਤ ਦਿੱਤੀ ਆ। ਰਹਿ ਗਈ ਗੱਲ ਨਵਜੋਤ ਸਿੰਘ ਸਿੱਧੂ ਦੀ, ਅਮਰਿੰਦਰ ਸਿੰਘ ਨੇ ਕੋਈ ਕਸਰ ਨਹੀਂ ਛੱਡੀ ਇਹਨੂੰ ਠੋਕਣ 'ਚ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀਗਾ ਕਿ ਪੰਜਾਬ ਸਰਕਾਰ ਦੀ ਨਿਗਾਹ ਦੇ ਵਿੱਚ ਇਹ ਦੋਸ਼ੀ ਆ। ਅਮਰਿੰਦਰ ਸਿੰਘ ਚਾਹੁੰਦੇ ਸੀ ਕਿ ਕਿਸੇ ਤਰੀਕੇ ਨਾਲ ਇਹਨੂੰ ਸਜ਼ਾ ਹੋ ਗਏ, ਇਹ ਤਾਂ ਨਵਜੋਤ ਸਿੰਘ ਸਿੱਧੂ ਦੇ ਸਿਤਾਰੇ ਚੰਗੇ ਨੇ, ਕਿਸਮਤ ਚੰਗੀ ਨੇ।